ਸਤਿ ਸ਼੍ਰੀ ਅਕਾਲ ਬੱਚੋ, ਅੱਜ ਅਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਪੜਾਂਗੇ ਜਵਾਨ ਪੰਜਾਬ ਦੇ। ਇਸ ਕਵਿਤਾ ਵਿੱਚ ਪ੍ਰੋਫੈਸਰ ਸਾਹਿਬ ਨੇ ਸਾਡੇ ਪੰਜਾਬੀ ਨੌਜਵਾਨਾਂ ਦੇ ਸੁਭਾਅ ਨੂੰ ਬਿਆਨਿਆ। ਦੇਖਦੇ ਹਾਂ ਕਿ ਇਸ ਕਵਿਤਾ ਰਾਹੀਂ ਉਹ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਸੁਭਾਅ ਦੇ ਕਿਹਨਾਂ ਪੱਖਾਂ ਦਾ ਬਿਆਨ ਕਰਦੇ। ਕੀ ਕਹਿੰਦੇ? ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮੁਖੌਲਾਂ ਕਰਨ ਮਰਨ ਥੀ ਨਹੀਂ ਡਰਦੇ। ਸਾਡੇ ਪੰਜਾਬੀ ਨੌਜਵਾਨਾਂ ਦਾ ਸੁਭਾਅ ਕਿਹੋ ਜਿਹਾ? ਉਹ ਬੜੇ ਬੇਪਰਵਾਹ ਸੁਭਾਅ ਦੇ ਮਾਲਕ ਹੈ। ਬੇਪਰਵਾਹ ਭਾਵ ਨਿਡਰ ਜਾਂ ਪਰਵਾਹ ਨਾ ਕਰਨ ਵਾਲੇ ਨੌਜਵਾਨ, ਜਿਨ੍ਹਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੇ ਮੌਤ ਨੂੰ ਮਖੌਲਾਂ ਕਰਦੇ ਆ। ਭਾਵ ਜੇਕਰ ਉਹਨਾਂ ਨੂੰ ਕੋਈ ਅਜਿਹਾ ਕੰਮ ਮਿਲ ਜਾਵੇ ਜਿਸ ਦੇ ਵਿੱਚ ਜਾਨ ਜਾਣ ਦਾ ਵੀ ਡਰ ਹੋਵੇ, ਉਹ ਉਹਨੂੰ ਵੀ ਖੁਸ਼ੀ ਖੁਸ਼ੀ ਕਰਨ ਦੇ ਲਈ ਅੱਗੇ ਆਉਂਦੇ ਆ ਤੇ ਉਸ ਨੂੰ ਧੁਰ ਵੀ ਚੜਾਉਂਦੇ। ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ ਤੇ ਪਿਆਰ ਦਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵ ਹੈ। ਪਿਆਰ ਦੇ ਨਾਮ ਤੇ ਤਾਂ ਇਹ ਗੁਲਾਮੀ ਕਰਨ ਦੇ ਲਈ ਵੀ ਤਿਆਰ ਹੋ ਜਾਂਦੇ ਤੇ ਜੇਕਰ ਜ਼ਰੂਰਤ ਪਵੇ ਤਾਂ ਪਿਆਰ ਦੇ ਲਈ ਜਾਨ ਵੀ ਵਾਰਨ ਤੋਂ ਇਹ ਪਿੱਛੇ ਨਹੀਂ ਹਟਦੇ। ਪਰ ਤੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਦੇ। ਤੈ ਭਾਵ ਰੋਗ, ਜੇਕਰ ਰੋਗ ਦੇ ਨਾਲ ਇਹਨਾਂ ਨੂੰ ਕੋਈ ਆਪਣੀ ਗੱਲ ਮਨਵਾਵੇ ਤਾਂ ਇਹ ਅਗਲੇ ਦਾ ਮੁਕਾਬਲਾ ਕਰਨ ਦੇ ਲਈ ਆਪਣੇ ਮੋਢਿਆਂ ਤੇ ਡਾਂਗਾ ਲੈ ਕੇ ਖੜੇ ਹੋ ਜਾਂਦੇ ਆ। ਮੰਨਣ ਬਸ ਇੱਕ ਆਪਣੀ ਜਵਾਨੀ ਦੇ ਜ਼ੋਰ ਨੂੰ। ਕਿਸ ਚੀਜ਼ ਨੂੰ ਮੰਨਦੇ ਆ? ਸਿਰਫ ਆਪਣੀ ਜਵਾਨੀ ਦੇ ਜ਼ੋਰ ਨੂੰ ਮੰਨਦੇ ਆ। ਅੱਖੜ ਖਾਂਦ ਅਲਬੇਲੇ ਧੁਰਥੀ ਸਤਿਗੁਰਾਂ ਦੇ ਆਜ਼ਾਦ ਕੀਤੇ ਇਹ ਬੰਦੇ ਤੇ ਇਹ ਪੰਜਾਬੀ ਨੌਜਵਾਨ। ਅੱਖੜ ਖਾਂਦ ਭਾਵ ਜਿੱਦੀ ਤੇ ਅਲਬੇਲੇ ਭਾਵ ਮਸਤ ਰਹਿਣ ਵਾਲੇ ਨੌਜਵਾਨ ਹੈ ਤੇ ਇਹਨਾਂ ਨੂੰ ਤਾਂ ਸਤਿਗੁਰਾਂ ਨੇ ਧੁਰੋਂ ਹੀ ਆਜ਼ਾਦ ਕਰਕੇ ਇਸ ਧਰਤੀ ਤੇ ਭੇਜਿਆ। ਅੱਗੇ ਕੀ ਕਹਿੰਦਾ ਕਵੀ? ਕਹਿੰਦਾ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜਿੰਦਾ ਗੁਰੂ ਦੇ ਨਾਮ ਤੇ। ਪੰਜਾਬ ਜਿਹੜਾ ਹਿੰਦੂ ਜਾਂ ਮੁਸਲਮਾਨਾਂ ਦੇ ਵਿੱਚ ਵੰਡਿਆ ਨਹੀਂ ਹੋਇਆ, ਜਾਂ ਧਰਮ ਦੇ ਚੱਕਰਾਂ ਦੇ ਵਿੱਚ ਪੰਜਾਬ ਦੇ ਜਿਹੜੇ ਨੌਜਵਾਨ ਉਹ ਨਾ ਪੈ ਕੇ ਸਿਰਫ ਤੇ ਸਿਰਫ ਗੁਰੂ ਦੇ ਨਾਮ ਤੇ ਹੀ ਜੀਂਦੇ ਜਵਾਨ ਖੁੱਲੇ ਖੁੱਲੇ ਪਿਆਰਿਆਂ ਤੇ ਇਹਨਾਂ ਦਾ ਜਿਹੜਾ ਖੁੱਲ ਡੁੱਲ ਵਾਲਾ ਸੁਭਾਅ ਹੈ, ਇਹ ਵੀ ਸਤਿਗੁਰਾਂ ਨੇ ਪਿਆਰਿਆਂ ਨੇ ਆਪ ਇਹਨਾਂ ਨੂੰ ਬਖਸ਼ਿਆ। ਆਜ਼ਾਦੀ ਦੇ ਪਿਆਰ ਵਿੱਚ ਦੁਨੀਆਂ ਥੀ ਵਿਹਲੇ, ਦੀਨ ਥੀ ਵੀ ਵਿਹਲੇ ਤੇ ਆਜ਼ਾਦੀ ਇਹਨਾਂ ਨੂੰ ਇੰਨੀ ਕੁ ਪਿਆਰੀ ਹੈ ਕਿ ਜੇਕਰ ਆਜ਼ਾਦੀ ਦੀ ਗੱਲ ਆਵੇ ਤਾਂ ਦੁਨੀਆਂ ਦੇ ਸਾਰੇ ਕੰਮ ਇਹਨਾਂ ਲਈ ਨਕੂਣੇ ਹੋ ਜਾਂਦੇ ਹੈ ਤੇ ਕੋਈ ਵੀ ਦੀਨ ਭਾਵ ਧਰਮ ਵੀ ਇਹਨਾਂ ਦੇ ਲਈ ਮਹੱਤਵ ਨਹੀਂ ਰੱਖਦਾ। ਰਲੇ ਨਾ ਰਲਿੰਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ, ਤੇ ਜੇਕਰ ਇਹਨਾਂ ਨੂੰ ਕਿਸੇ ਹੋਰ ਨਾਲ ਰਲਾਇਆ ਜਾਵੇ ਤਾਂ ਵੀ ਆਪਣੇ ਵੱਖਰੇ ਸੁਭਾਅ ਕਰਕੇ ਕਿਸੇ ਦੇ ਨਾਲ ਰਲਦੇ ਨਹੀਂ। ਮੰਨੇ ਨਾ ਮਨੀਂਦੇ ਕਦੀ, ਖੁਦ ਖੁਦ ਉੱਛਲਦੇ ਡੁੱਲਦੇ। ਕਹਿੰਦੇ ਜੇਕਰ ਇਹਨਾਂ ਨੂੰ ਕੋਈ ਮਨਾਵੇ ਤਾਂ ਇਹਨਾਂ ਦੇ ਉੱਤੇ ਹੀ ਨਿਰਭਰ ਕਰਦਾ ਹੈ ਕਿ ਇਹਨਾਂ ਨੇ ਮੰਨਣਾ ਹੈ ਜਾਂ ਨਹੀਂ। ਖੁਦ ਖੁਦ ਉੱਛਲਦੇ ਡੁੱਲਦੇ ਮਰਜ਼ੀ ਦੇ ਮਾਲਕ ਏ, ਤੇ ਕਦੋਂ ਉੱਛਲਦੇ ਕੁੱਦਦੇ? ਜਦੋਂ ਇਹਨਾਂ ਦੀ ਆਪਣੀ ਮਰਜ਼ੀ ਹੋਵੇ, ਕਿਉਂਕਿ ਇਹ ਆਪਣੀ ਮਰਜ਼ੀ ਦੇ ਮਾਲਕ ਹੈ। ਦਿਲ ਦੇ ਚਾਅ ਉੱਤੇ ਉੱਲਰਦੇ, ਤੇ ਜਾਂ ਫਿਰ ਕਦੋਂ ਖੁਸ਼ ਹੋਣਗੇ, ਕਦੋਂ ਉੱਲਰਨਗੇ, ਕਦੋਂ ਕੁੱਦਣਗੇ? ਜਦੋਂ ਇਹਨਾਂ ਦੇ ਦਿਲ ਦੇ ਵਿੱਚ ਚਾਹ ਹੋਵੇ, ਭਾਵ ਜਦੋਂ ਇਹ ਖੁਸ਼ ਹੋਣ। ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ ਤੇ ਰੀਝਣ ਤੇ ਪਸੀਜਣ ਸਾਰੇ। ਕਹਿੰਦੇ ਇਹਨਾਂ ਦੇ ਖੁਸ਼ ਹੋਣ ਦੇ ਲਈ ਕੋਈ ਬਹੁਤ ਵੱਡੀ ਗੱਲ ਦੀ ਜ਼ਰੂਰਤ ਨਹੀਂ ਪੈਂਦੀ, ਸਿਰਫ ਛੋਟੀਆਂ ਛੋਟੀਆਂ ਗੱਲਾਂ ਤੇ ਇਹ ਰੀਝਦੇ ਤੇ ਪਸੀਕਦੇ ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਦੌੜ ਜਾਣ ਤੇ ਕੋਈ ਵੀ ਵੱਡੀ ਗੱਲ ਇਹਨਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਜੇਕਰ ਇਹ ਖੁਸ਼ ਹੈ ਤਾਂ ਛੋਟੀਆਂ ਛੋਟੀਆਂ ਗੱਲਾਂ ਤੇ ਹੀ ਖੁਸ਼ ਹੋ ਜਾਂਦੇ, ਨਹੀਂ ਤਾਂ ਵੱਡੀ ਤੋਂ ਵੱਡੀ ਗੱਲ ਨੂੰ ਵੀ ਲੱਤ ਮਾਰ ਕੇ ਇਹ ਪਰੇ ਹੋ ਜਾਣ ਵਾਲੇ ਨੌਜਵਾਨ। ਇਹਨਾਂ ਦਾ ਕੁਝ ਥੋ ਨਹੀਂ ਲੱਗਦਾ ਤੇ ਇਹਨਾਂ ਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਇਹ ਕੀ ਸੋਚਦੇ ਆ। ਹੱਥਾਂ ਵਿੱਚ ਗੋਲੇ ਕੀਤੀ ਕਿਸੇ ਵੀ ਪਾਤਸ਼ਾਹ ਨੇ, ਆਜ਼ਾਦੀ ਤੇ ਠਾਠਾ ਮਾਰਦੀ ਮੇਰੇ ਪੰਜਾਬ ਦੇ। ਤੇ ਅੱਜ ਤੱਕ ਜੇਕਰ ਕਿਸੇ ਬਾਦਸ਼ਾਹ ਨੇ ਇਹਨਾਂ ਨੂੰ ਆਪਣੇ ਗੋਲੇ ਭਾਵ ਗੁਲਾਮ ਬਣਾਇਆ ਤਾਂ ਵੀ ਇਹਨਾਂ ਦੇ ਵਿੱਚ ਆਜ਼ਾਦੀ ਹੀ ਠਾਠਾ ਮਾਰਦੀ ਰਹੀ ਤੇ ਉਦੋਂ ਤੱਕ ਇਹ ਚੈਨ ਨਾਲ ਨਹੀਂ ਬੈਠੇ ਜਦੋਂ ਤੱਕ ਇਹਨਾਂ ਨੇ ਆਜ਼ਾਦੀ ਪ੍ਰਾਪਤ ਨਹੀਂ ਕਰ ਲਈ। ਪਿਆਰ ਦਾ ਨਾਮ ਇਹਨਾਂ ਸਿੱਖਿਆ, ਦਿਲ ਜਾਨ ਵਾਰਨ ਇਹ ਪਿਆਰ ਕੇ, ਤੇ ਇਹਨਾਂ ਨੇ ਸਿਰਫ ਔਰ ਸਿਰਫ ਪਿਆਰ ਦਾ ਹੀ ਨਾਮ ਸਿੱਖਿਆ ਤੇ ਪਿਆਰ ਦੇ ਨਾਮ ਤੇ ਇਹ ਜਾਨ ਵਾਰਨ ਦੇ ਲਈ ਵੀ ਸਦਾ ਤਿਆਰ ਰਹਿੰਦੇ ਆ। ਸੱਚੇ ਪੰਜਾਬ ਦੇ ਵਾਸੀ ਦਾ ਤੇ ਸੱਚੇ ਪੰਜਾਬੀ ਨੌਜਵਾਨ ਦਾ ਇਹੀ ਇਮਾਨ ਭਾਵ ਧਰਮ ਹੈ ਕਿ ਉਹ ਦੂਜਿਆਂ ਦੇ ਨਾਲ ਪਿਆਰ ਕਰੇ ਤੇ ਪਿਆਰ ਦੇ ਲਈ ਆਪਣੀ ਜਾਨ ਨੂੰ ਉਹ ਕੁਰਬਾਨ ਕਰਨ ਪਿੱਛੇ ਨਾ ਹਟੇ। ਰੰਝੇਟੜੇ ਦੇ ਨਿੱਕੇ ਵੱਡੇ ਭਰਾ ਸਾਰੇ ਬੇਲਿਆਂ ਤੇ ਰੁੱਖਾਂ ਵਿੱਚ ਕੂਕਾਂ ਮਾਰਦੇ ਤੇ ਸਾਰੇ ਪੰਜਾਬੀ ਨੌਜਵਾਨ ਰੰਝੇਟੜੇ ਭਾਵ ਰਾਂਝੇ ਦੇ ਨਿੱਕੇ ਵੱਡੇ ਭਰਾ ਹੀ ਹੈ ਤੇ ਬੇਲਿਆਂ ਤੇ ਰੁੱਖਾਂ ਦੇ ਵਿੱਚ, ਬੇਲੇ ਭਾਵ ਜੰਗਲ, ਜੰਗਲਾਂ ਤੇ ਰੁੱਖਾਂ ਦੇ ਵਿੱਚ ਆਪਣੇ ਖੁੱਲ ਦੇ ਸੁਭਾਅ ਕਰਕੇ ਜਾਂ ਖੁਸ਼ ਹੋਣ ਦੇ ਲਈ ਇਹ
ਉੱਚੀ ਉੱਚੀ ਕੂਕਾਂ ਵੀ ਮਾਰਦੇ ਆ। ਬੱਚਿਓ ਜੋ ਰਾਂਝਾ ਸੀਗਾ ਉਹਨੇ ਜੋਗ ਧਾਰਨ ਕੀਤਾ ਸੀਗਾ ਤੇ ਬਾਲ ਨਾਥ ਉਹਦਾ ਗੁਰੂ ਸੀਗਾ ਤੇ ਬਾਲ ਨਾਥ ਨੇ ਜਦੋਂ ਉਹਨੂੰ ਦੇਖਿਆ ਤਾਂ ਉਹਨੂੰ ਲੱਗਿਆ ਕਿ ਇਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਜੋਗੀ ਬਣ ਸਕਦਾ ਤੇ ਉਹ ਉਹਨੂੰ ਯੋਗ ਦੇ ਦਿੰਦਾ ਤੇ ਉਹਦੇ ਮੁਦਰਾ ਪਾ ਦਿੰਦਾ ਕਿਉਂਕਿ ਜਿਹਨੇ ਵੀ ਯੋਗ ਧਾਰਨ ਕਰਨਾ ਹੁੰਦਾ ਸੀਗਾ ਤਾਂ ਉਹਨੂੰ ਉਹਦੇ ਕੰਨਾਂ ਨੂੰ ਪਾੜ ਕੇ ਉਹਦੇ ਵਿੱਚ ਮੁੰਦਰਾ ਪਾਈਆਂ ਜਾਂਦੀਆਂ ਸੀਗੀਆਂ। ਹੁਣ ਇੱਥੇ ਇਸ ਘਟਨਾ ਨੂੰ ਵਿੱਚ ਲਿਆ ਗਿਆ ਹੈ ਪੰਜਾਬੀਆਂ ਦੇ ਸੁਭਾਅ ਨੂੰ ਦਰਸਾਉਣ ਦੇ ਲਈ। ਕੀ ਕਹਿੰਦਾ? ਕਹਿੰਦਾ, ਬਾਲ ਨਾਥ ਪਛਤਾਇਆ ਰਾਂਝੇ ਨੂੰ ਜੋਗ ਦੇ ਕੇ ਸਤਿਗੁਰਾਂ ਦੇ ਸਿੱਖ ਨੂੰ ਪਾ ਹੱਥ ਰੋਇਆ ਤੇ ਕਹਿੰਦੇ ਬਾਲ ਨਾਥ ਵੀ ਰਾਂਝੇ ਵਰਗੇ ਸਤਿਗੁਰਾਂ ਦੇ ਸਿੱਖ ਨੂੰ ਹੱਥ ਪਾ ਕੇ ਪਛਤਾਇਆ ਤੇ ਉਹਨੂੰ ਵੀ ਰੋਣਾ ਪਿਆ ਕਿਉਂਕਿ ਉਹ ਤਾਂ ਜੋਗੀ ਅਸਲ ਵਿੱਚ ਅੰਦਰੋਂ ਹੈ ਹੀ ਨਹੀਂ ਸੀ, ਉਹ ਤਾਂ ਹੀਰ ਨੂੰ ਚਾਹੁੰਦਾ ਸੀ, ਉਹਦੇ ਮਨ ਵਿੱਚ ਤਾਂ ਹੀਰ ਦੇ ਲਈ ਇਸ਼ਕ ਸੀ। ਇਸ ਜੱਟ ਮੱਤ ਵਿੱਚ ਯੋਰਾਂ ਦਾ ਜੋਗ ਸੀ, ਦੇਖ ਹੈਰਾਨ ਪਰੇਸ਼ਾਨ ਹੋਇਆ ਬਖਸ਼ਿਆ ਤੇ ਜਦੋਂ ਬਾਲ ਨਾਥ ਯੋਗ ਦੀਆਂ ਸਿੱਖਿਆਵਾਂ ਰਾਂਝੇ ਨੂੰ ਦਿੰਦਾ ਹੈ ਤਾਂ ਉਹ ਪਰੇਸ਼ਾਨ ਹੋ ਜਾਂਦਾ ਹੈ ਤੇ ਪਰੇਸ਼ਾਨ ਹੋ ਕੇ ਉਹਨੂੰ ਹੀਰ ਬਖਸ਼ ਦਿੰਦਾ ਹੈ ਕਿਉਂਕਿ ਇਸ ਜੱਟ ਮੱਤ ਰਾਂਝੇ ਵਿੱਚ ਤਾਂ ਇਸ਼ਕ ਰੂਪੀ ਯੋਗ ਦਾ ਜ਼ੋਰ ਸੀ। ਤੋਰਿਆ ਟਿੱਲੇ ਥੀ ਅਸੀਸ ਦੇ ਹਾਰਿਆ ਤੇ ਬਾਲ ਨਾਥ ਰਾਂਝੇ ਦੇ ਇਸ਼ਕ ਦੇ ਸਾਹਮਣੇ ਹਾਰ ਜਾਂਦਾ ਤੇ ਉਹਨੂੰ ਆਪਣੇ ਟਿੱਲੇ ਤੋਂ ਅਸੀਸ ਦੇ ਕੇ ਭਾਵ ਆਸ਼ੀਰਵਾਦ ਦੇ ਕੇ ਤੋਰਦਾ ਤੇ ਮਚਲਾ ਜੱਟ ਆ ਕੇ ਹੁਣ ਰਾਂਝਾ ਮਚਲਾ ਜਿਹਾ ਹੋ ਕੇ ਕੀ ਆਖਦਾ ਹੈ ਬਾਲ ਨਾਥ? ਮੁੰਦਰਾ ਲੈ ਆਪਣੀਆਂ ਮੋੜ ਬਾਬਾ ਤੇ ਕੰਨ ਮੇਰੇ ਮੁੜ ਸਬੂਤ ਕਰ ਤੂੰ ਭਲੇ ਮਾਨਸਾ। ਹੁਣ ਉਹ ਮਚਲਾ ਜਿਹਾ ਹੋ ਕੇ ਰਾਂਝਾ ਬਾਲ ਨਾਥ ਨੂੰ ਕਹਿੰਦਾ ਹੈ ਕਿ ਤੂੰ ਜਿਹੜੇ ਮੇਰੇ ਕੰਨ ਪਾੜ ਕੇ ਮੁੰਦਰਾ ਪਾਈਆਂ ਇਹਨਾਂ ਨੂੰ ਤੂੰ ਵਾਪਸ ਲੈ ਲੈ ਤੇ ਮੇਰੇ ਕੰਨਾਂ ਨੂੰ ਮੁੜ ਕੇ ਸਾਬਤ ਉਹ ਜਿਹਾ ਹੀ ਕਰ ਦੇ ਜਿਵੇਂ ਉਹ ਪਹਿਲਾਂ ਸੀ, ਕੰਨਾਂ ਨੂੰ ਕਾਹਨੂੰ ਚਾ ਪਾੜਿਆ? ਹੁਣ ਰਾਂਝਾ ਬਾਲ ਨਾਥ ਨੂੰ ਪ੍ਰਸ਼ਨ ਕਰਦਾ ਹੈ ਕਿ ਤੂੰ ਮੇਰੇ ਕੰਨਾਂ ਨੂੰ ਕਿਉਂ ਪਾੜਿਆ? ਕਹਿੰਦਾ, ਮੈਨੂੰ ਜੋਗ ਦੀ ਕੀ ਲੋੜ ਸੀ ਕਿਉਂਕਿ ਮੈਂ ਤਾਂ ਪਿਆਰ ਕਰਨ ਵਾਲਾ ਇਨਸਾਨ ਹੈ। ਨਾਥ ਦੱਸ ਕਾ? ਇਸ ਕਰਕੇ ਉਹ ਕਹਿੰਦਾ, ਨਾਥਾ ਵੀ ਮੈਨੂੰ ਇਸ ਗੱਲ ਦਾ ਜਵਾਬ ਦੇ, ਮੈਂ ਸਿੱਖਿਆ ਸੀ ਨਾਮ ਪਿਆਰ ਦਾ ਤੇ ਹੱਡਾਂ ਵਿੱਚ ਪਿਆਰ ਪਿਆ ਖੜਕਦਾ ਨਾਮ ਪਿਆ ਬਚਦਾ। ਕਹਿੰਦਾ, ਮੈਂ ਤਾਂ ਯੋਗੀ ਬਣਨਾ ਹੀ ਨਹੀਂ ਸੀਗਾ। ਕਹਿੰਦਾ, ਮੈਂ ਤਾਂ ਪਿਆਰ ਦਾ ਨਾਮ ਹੀ ਸਿੱਖਿਆ ਸੀਗਾ ਤੇ ਮੇਰੇ ਤਾਂ ਰਗ ਰਗ ਦੇ ਵਿੱਚ ਮੇਰੇ ਹੱਡਾਂ ਦੇ ਵਿੱਚ ਪਿਆਰ ਹੀ ਵੱਜਦਾ ਹੈ ਤੇ ਪਿਆਰ ਹੀ ਖੜਕਦਾ। ਜੋਗ ਤੇਰਾ ਹੋਰ ਦਾ ਇਸ਼ਕ ਥੀ ਕਮਲਿਆ ਤੇ ਕਹਿੰਦਾ, ਤੇਰਾ ਜਿਹੜਾ ਯੋਗ ਹੈ ਇਹ ਤਾਂ ਇਸ਼ਕ ਕਰਨ ਤੋਂ ਰੋਕਦਾ, ਇਹ ਤਾਂ ਕਹਿੰਦਾ ਹੈ ਕਿ ਕਿਸੇ ਇਸਤਰੀ ਵੱਲ ਦੇਖਣਾ ਤੱਕ ਨਹੀਂ। ਮੋੜ ਮੇਰੇ ਕੰਨ, ਲੈ ਮੋੜ ਆਪਣੀਆਂ ਮੁਦਰਾ ਤੇ ਇਸ ਕਰਕੇ ਰਾਂਝੇ ਨੂੰ ਬਾਲ ਨਾਥ ਦਾ ਜਿਹੜਾ ਯੋਗ ਹੈ ਉਹ ਚੰਗਾ ਨਹੀਂ ਲੱਗਦਾ ਤੇ ਉਹ ਪਿਆਰ ਨੂੰ ਇਸ਼ਕ ਨੂੰ ਪਹਿਲ ਦਿੰਦਾ ਤੇ ਆਪਣੇ ਕੰਨੀ ਪਾਈਆਂ ਮੁਦਰਾ ਨੂੰ ਬਾਲ ਨਾਥ ਨੂੰ ਮੋੜਦਾ ਤੇ ਆਪਣੇ ਕੰਨ ਮੁੜ ਕੇ ਸਾਬਤ ਕਰਨ ਦੇ ਲਈ ਉਹਨਾਂ ਨੂੰ ਕਹਿੰਦਾ। ਇਹ ਜਿਹੀ ਜਿੰਦ ਤੇ ਖੁੱਲ ਦਾ ਸੁਭਾਅ ਜਿਹੜਾ ਚਾਬਕ ਨਹੀਂ ਸਹਾਰਦਾ। ਕਹਿੰਦਾ ਕਿ ਇਹਨਾਂ ਪੰਜਾਬੀ ਨੌਜਵਾਨਾਂ ਦਾ ਸੁਭਾਅ ਬਹੁਤ ਖੁੱਲਾ ਹੈ ਜਿਹੜਾ ਕਿ ਕਿਸੇ ਤੋਂ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਨੂੰ ਕਦੇ ਵੀ ਸਹਾਰਦਾ ਨਹੀਂ। ਕੋਤਲ ਘੋੜੇ ਵਾਂਗ ਸੰਵਾਰੇ ਕੋਈ ਨਿਤ ਨਵਾਂ। ਜੇਕਰ ਇਹਨਾਂ ਨੂੰ ਕੋਈ ਕੋਤਲ ਘੋੜਾ ਬੱਚਿਓ ਅਮੀਰ ਲੋਕ ਰੱਖਦੇ ਆ ਤੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਰੱਖਣਾ ਪੈਂਦਾ ਤੇ ਬਾਰ ਬਾਰ ਉਹਨਾਂ ਨੂੰ ਸਵਾਰਨਾ ਪੈਂਦਾ ਹੈ। ਹੁਣ ਕੀ ਕਹਿੰਦਾ? ਕਹਿੰਦਾ, ਕੋਤਲ ਘੋੜੇ ਵਾਂਗ ਸੰਵਾਰੇ ਕੋਈ ਨਿਤ ਨਵਾਂ ਤੇ ਵਹਿ ਇਹਨਾਂ ਜਵਾਨਾਂ ਦੀ ਮੌਜ ਨਾਲ। ਜੇਕਰ ਕੋਈ ਇਹਨਾਂ ਨੂੰ ਕੋਤਲ ਘੋੜੇ ਵਾਂਗ ਸੰਵਾਰ ਕੇ ਰੱਖੇ ਤੇ ਇਹਨਾਂ ਦੇ ਨਾਲ ਇਹਨਾਂ ਦੀ ਮੌਜ ਦੇ ਵਿੱਚ ਚੱਲੇ ਤਦ ਤਾਂ ਬਲਸ਼ਣ ਰੁਮਕ ਰੁਮਕ ਤੁਰਨੇ, ਤਦ ਤਾਂ ਇਹ ਉਸ ਕੋਤਲ ਘੋੜੇ ਵਾਂਗ ਰੁਮਕ ਰੁਮਕ ਕੇ ਥੋੜੇ ਪਲਾਂ ਦੇ ਲਈ ਤੁਰਦੇ ਆ। ਪਰ ਫਿਰ ਵੀ ਖਤਰਾ ਇਹਨਾਂ ਦੇ ਅਥਰੇਪਣ ਦਾ ਹਰ ਦਮ ਰਹਿੰਦਾ ਭਾਵ ਹਠੀ ਹੋਣ ਦਾ ਡਰ ਬਣਿਆ ਰਹਿੰਦਾ। ਬਾਂਕੇ ਸ਼ਬੀਲੇ ਪੰਜਾਬ ਪਿਆਰ ਦੇ ਰਹਿਣ ਵਾਲੇ ਪੰਜਾਬੀ ਮਾਵਾਂ ਦੇ ਪੁੱਤ। ਕਹਿੰਦਾ, ਬਾਂਕੇ ਸ਼ਬੀਲੇ, ਬਾਂਕੇ ਭਾਵ ਬਹਾਦਰ, ਸ਼ਬੀਲੇ ਭਾਵ ਸੁੰਦਰ। ਕਹਿੰਦਾ, ਤੇ ਇਹ ਪੰਜਾਬੀ ਨੌਜਵਾਨ ਬਹਾਦਰ ਤੇ ਸੋਹਣੇ ਹੈ ਜੋ ਕਿ ਪੰਜਾਬ ਦੇ ਰਹਿਣ ਵਾਲੇ ਨੌਜਵਾਨ ਹਨ, ਪੰਜਾਬੀ ਮਾਵਾਂ ਦੇ ਪੁੱਤ। ਇਹ ਪੰਜਾਬੀ ਮਾਵਾਂ ਦੇ ਜਾਏ ਪੁੱਤ, ਰੱਖਣ ਨਾ ਜਾਨ ਸੰਭਾਲ ਇਹ, ਤੇ ਇਹਨਾਂ ਨੂੰ ਜਾਨ ਸੰਭਾਲ ਕੇ ਨਹੀਂ ਰੱਖਣੀ ਆਂਦੀ, ਸਵਾਂ ਕੇ ਇਹ ਉਹਨੂੰ ਕਿਸੇ ਲੇਖੇ ਲਾਣਾ ਪਸੰਦ ਕਰਦੇ। ਜਾਨ ਨੂੰ ਵਾਰਨ ਇਹ ਜਾਣਦੇ, ਲਹੂ ਵੀਟਣ ਥੀ ਨਾ ਡਰਨ। ਮੌਕਾ ਆਣ ਤੇ ਇਹ ਆਪਣੀ ਜਾਨ ਨੂੰ ਵਾਰਨਾ ਜਾਣਦੇ ਆ ਤੇ ਲਹੂ ਵੀਟਣ ਭਾਵ ਡੋਲਣ ਤੋਂ ਵੀ ਇਹ ਡਰਦੇ ਨਹੀਂ ਤੇ ਜੰਗ ਮੈਦਾਨ ਵਿਚ ਨੱਸਣਾ ਨਾ ਪਛਾਣਦੇ। ਜੇਕਰ ਕਿਤੇ ਜੰਗ ਦੇ ਵਿਚ ਗਏ ਹੋਣ ਪੰਜਾਬੀ ਨੌਜਵਾਨ ਤਾਂ ਉੱਥੇ ਪਿੱਠ ਦਿਖਾ ਨੱਸਣਾ ਇਹਨਾਂ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਤੇ ਡਟ ਕੇ ਮੁਕਾਬਲਾ ਇਹ ਯੁੱਧ ਦੇ ਮੈਦਾਨ ਦੇ ਵਿਚ ਦੁਸ਼ਮਣ ਦਾ ਕਰਦੇ ਆ। ਕਰਨ ਕੀ ਹੈ? ਕਹਿੰਦਾ, ਇਹ ਕੀ ਕਰਨ? ਕਿਉਂਕਿ ਇਹ ਇਹਨਾਂ ਦੇ ਸੁਭਾਅ ਦੇ ਗੁਣ ਹੈ, ਉਹਨਾਂ ਗੁਣਾ ਕਰਕੇ ਹੀ ਇਹ ਅਜਿਹਾ ਕਰਦੇ ਹਨ। ਓੜਕ ਦਾ ਰੂਹ ਜ਼ੋਰ ਆਇਆ ਪੰਜਾਬ ਵਿਚ, ਸਤਿਗੁਰਾਂ ਦੇ ਕਦਮਾਂ ਤੇ ਰਾਹਾਂ ਦੇ ਸਦਕੇ ਹੜ ਆਏ ਰੱਬ ਦੇ ਪ੍ਰਕਾਸ਼ ਦੇ। ਭਾਵ ਇਸ ਪੰਜਾਬ ਦੀ ਧਰਤੀ ਦੇ ਉਤੇ ਹਜ਼ਾਰਾਂ ਹੀ ਮਹਾਂਪੁਰਸ਼ ਸੰਤ ਤੇ ਭਗਤ ਆਏ ਤੇ ਇਹਨਾਂ ਹੀ ਸਤਿਗੁਰਾਂ ਦੇ ਦੱਸੇ ਰਾਹਾਂ ਦੇ ਸਦਕਾ ਪੰਜਾਬ
ਪੰਜਾਬ ਦੀ ਇਸ ਧਰਤੀ ਤੇ ਰੱਬ ਦਾ ਪ੍ਰਕਾਸ਼ ਆਇਆ ਭਾਵ ਬਾਣੀ ਰੂਪੀ ਗਿਆਨ ਆਇਆ ਤੇ ਠਿੱਲਣ ਨਾ ਇਹ ਪੰਜਾਬੀ ਇਹ ਵਸ ਕਿਸੇ ਦੇ ਤੇ ਇਹਨਾਂ ਪੰਜਾਬੀਆਂ ਨੂੰ ਕੋਈ ਵੀ ਆਪਣੇ ਕਾਬੂ ਦੇ ਵਿਚ ਨਹੀਂ ਕਰ ਸਕਦਾ ਇਹਨਾਂ ਨੂੰ ਠਿੱਲ ਨਹੀਂ ਸਕਦਾ ਭਾਵ ਰੋਕ ਨਹੀਂ ਸਕਦਾ ਇਹ ਜੀਣ ਥਿਣ ਜ਼ੋਰ ਲਾ ਲਾ ਕੁਝ ਵਸ ਨਾ ਕਿਸੇ ਦੇ ਤੇ ਆਪਣੇ ਦਮ ਤੇ ਜੀਂਦੇ ਤੇ ਇਹਨਾਂ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਪੰਜਾਬ ਵਿਚ ਸਤਿਗੁਰਾਂ ਦੀ ਨਿਗਾਹ ਵਿਚੋਂ ਜੀਵਨ ਬਿਜਲੀਆਂ ਦੇ ਅਸਗਾਹ ਦਰਿਆ ਵਗ ਉੱਠੇ ਤੇ ਪੰਜਾਬ ਦੇ ਵਿਚ ਪੰਜਾਬੀ ਨੌਜਵਾਨਾਂ ਦੇ ਉੱਤੇ ਸਤਿਗੁਰਾਂ ਦੀ ਕਿਰਪਾ ਰਹੀ ਹੈ ਤੇ ਉਹਨਾਂ ਦੀ ਨਿਹਰ ਭਰੀ ਨਿਗਾਹ ਸਦਕਾ ਹੀ ਇੱਥੇ ਜੀਵਨ ਰੂਪੀ ਬਿਜਲੀਆਂ ਦੇ ਦਰਿਆ ਵੀ ਵਗਦੇ ਰਹੇ ਚਨਾਹ ਤੇ ਰਾਵੀ ਤੇ ਸਤਲੁਜ ਤੇ ਬਿਆਸ ਤੇ ਜੇਹਲਮ ਤੇ ਕਟਕ ਸਭ ਬਲ ਉੱਠੇ ਗੁਰੂ ਦਾ ਜਪ ਸਾਹਿਬ ਗਾਉਂਦੇ ਤੇ ਪੰਜਾਬ ਦੇ ਵੱਖ ਵੱਖ ਦਰਿਆ ਚਨਾਹ ਰਾਵੀ ਸਤਲੁਜ ਬਿਆਸ ਜੇਹਲਮ ਤੇ ਕਟਕ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਦਾ ਗਾਣ ਗਾਉਂਦੇ ਹੋਏ ਬਲ ਉੱਠੇ ਅੱਗੇ ਕੀ ਕਹਿੰਦਾ ਹੈ ਕਵੀ ਇਉਂ ਅਥਾਹ ਪ੍ਰਵਾਹ ਹੋਇਆ ਸੁਕਾ ਨਾ ਰਿਹਾ ਕੋਈ ਥਾਂ ਇਸ ਤਰ੍ਹਾਂ ਪੰਜਾਬ ਦੀ ਧਰਤੀ ਤੇ ਗੁਰਬਾਣੀ ਦਾ ਪ੍ਰਵਾਹ ਚੱਲਿਆ ਤੇ ਕੋਈ ਵੀ ਥਾਂ ਐਸੀ ਨਹੀਂ ਰਹੀ ਜੋ ਬਾਣੀ ਤੋਂ ਪ੍ਰਾਪਤ ਹੋਏ ਗਿਆਨ ਰੂਪੀ ਅੰਮ੍ਰਿਤ ਤੋਂ ਅਭਿੱਜ ਰਹੀ ਹੋਵੇ ਹਿੰਦੂ ਮੁਸਲਮਾਨ ਪੰਛੀ ਪਸ਼ੂ ਆਦਮੀ ਸਭ ਭਿੱਜਿਆ ਤੇ ਇਹਦੇ ਵਿਚ ਕੌਣ ਕੌਣ ਭਿੱਜਿਆ ਹਿੰਦੂ ਮੁਸਲਮਾਨ ਪੰਛੀ ਪਸ਼ੂ ਆਦਮੀ ਸਾਰੇ ਹੀ ਭਿੱਜੇ ਡੁੱਬਿਆ ਅੰਮ੍ਰਿਤ ਉਸ ਨਿਗਾਹ ਵਿਚ ਅਨੁਰੂਪੀ ਅੰਮ੍ਰਿਤ ਦੀ ਇਸ ਨਿਗਾਹ ਦੇ ਵਿਚ ਸਾਰੇ ਹੀ ਭਿੱਜੇ ਇੱਥੇ ਜਾਨ ਆਈ ਰੂਹ ਆਇਆ ਰੱਬ ਆਇਆ ਗੀਤ ਅਸਮਾਨੀ ਆਇਆ ਦਿਲ ਆਇਆ ਬਖਸ਼ਦਾ ਗੀਤ ਅਸਮਾਨੀ ਆਇਆ ਭਾਵ ਇਸ ਧਰਤੀ ਤੇ ਅਲਾਹੀ ਬਾਣੀ ਦੀ ਰਚਨਾ ਹੋਈ ਤੇ ਇਸ ਧਰਤੀ ਤੇ ਖੁਦ ਰੱਬ ਜ਼ਿੰਦਗੀਆਂ ਤੇ ਰੂਹਾਂ ਦੇ ਰੂਪ ਦੇ ਵਿਚ ਆਇਆ ਦਿਲ ਆਇਆ ਬਖਸ਼ਦਾ ਤੇ ਹੋਰ ਇਸ ਧਰਤੀ ਤੇ ਬਖਸ਼ਣ ਵਾਲੇ ਦਿਲ ਵੀ ਆਏ ਇੱਥੇ ਚਾਹ ਦੇ ਅਸਮਾਨ ਟੁੱਟੇ ਇੱਥੇ ਹੁਸਨ ਖੁਦਾਈ ਦਾ ਅਵਤਾਰ ਆਇਆ ਇੱਥੇ ਦਿਲ ਚੁਗਮੀਆਂ ਮੂਰਤਾਂ ਨਿਗਾਹਾਂ ਦੇ ਤੀਰਾਂ ਦੇ ਮੀਂਹ ਤੇ ਹੋਰ ਇਸ ਧਰਤੀ ਦੇ ਉੱਤੇ ਕੀ ਆਇਆ ਇੱਥੇ ਚਾਹ ਦੇ ਅਸਮਾਨ ਭਾਵ ਅਥਾਹ ਖੁਸ਼ੀਆਂ ਵੀ ਆਈਆਂ ਇੱਥੇ ਰੱਬੀ ਹੁਸਨ ਦਾ ਅਵਤਾਰ ਵੀ ਆਇਆ ਇੱਥੇ ਦਿਲ ਚੁਗਮੀਆਂ ਮੂਰਤਾਂ ਤੇ ਨਿਗਾਹਾਂ ਦੇ ਤੀਰਾਂ ਦੇ ਮੀਂਹ ਵਰਸਾਉਣ ਵਾਲੇ ਵੀ ਬਹੁਤ ਆਏ ਤੇ ਅੱਗੇ ਹੈ ਇੱਥੇ ਦਾਤੇ ਬਲਕਾਰ ਆਏ ਦਾਤੇ ਭਾਵ ਦਾਤਾਂ ਬਖਸ਼ਣ ਵਾਲੇ ਬਲਕਾਰ ਭਾਵ ਸੂਰਮੇ ਇੱਥੇ ਸਾਈਂ ਦੇ ਪਿਆਰੇ ਆਏ ਉਸ ਪਰਮਾਤਮਾ ਦੇ ਪਿਆਰਿਆਂ ਨੇ ਵੀ ਇਸ ਧਰਤੀ ਤੇ ਜਨਮ ਲਿਆ ਇਸ ਧਰਤੀ ਵਿਚ ਕਲਗੀ ਵਾਲੇ ਦੇ ਘੋੜੇ ਦੇ ਸੁੰਮਾਂ ਦੀ ਤਾਪ ਲੱਗੀ ਇੱਥੇ ਸਤਿਗੁਰਾਂ ਸੱਚੇ ਪਾਤਸ਼ਾਹਾਂ ਦਾ ਨਿਵਾਸ ਹੈ ਤੇ ਪੰਜਾਬ ਦੀ ਧਰਤੀ ਇੰਨੀ ਭਾਗਾਂ ਵਾਲੀ ਹੈ ਕਿ ਇਸ ਧਰਤੀ ਦੇ ਉੱਤੇ ਤਾਂ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੇ ਸੁੰਮਾਂ ਦੀ ਤਾਪ ਵੀ ਲੱਗੀ ਹੈ ਤੇ ਇਹ ਧਰਤੀ ਸਤਿਗੁਰਾਂ ਤੇ ਸੱਚੇ ਪਾਤਸ਼ਾਹਾਂ ਦਾ ਘਰ ਨਿਵਾਸ ਭਾਵ ਘਰ ਵੀ ਹੈ ਗਾਓ ਢੋਲੇ ਯਾਰੋ ਖੁੱਲ ਵਿਚ ਬੇਸ਼ੱਕ ਹੁਣ ਵਜਾਓ ਅਲਗੋਜ਼ੇ ਪੋਠੋ ਹਾਰਦੇ ਇੱਥੇ ਪ੍ਰੋਫੈਸਰ ਪੂਰਨ ਸਿੰਘ ਸਾਡੇ ਪੰਜਾਬੀ ਨੌਜਵਾਨਾਂ ਨੂੰ ਕਹਿੰਦੇ ਹਨ ਕਿ ਹੇ ਯਾਰੋ ਤੁਸੀਂ ਖੁੱਲ ਦੇ ਵਿਚ ਬੇਸ਼ੱਕ ਹੁਣ ਢੋਲੇ ਗਾਓ ਢੋਲੇ ਬੱਚਿਓ ਲੋਕ ਗੀਤ ਦਾ ਇੱਕ ਰੂਪ ਹੈ ਤੇ ਹੋਰ ਕੀ ਕਹਿੰਦਾ ਹੈ ਕਿ ਤੁਸੀਂ ਖੁਸ਼ੀ ਦੇ ਵਿਚ ਪੋਠੋ ਹਾਰਦੇ ਅਲਗੋਜ਼ੇ ਵਜਾਓ ਬਣਨ ਬੈਂਤ ਉੱਠਣ ਰੰਗ ਗੁਲਾਬ ਦੇ ਦਿਲ ਦੀਆਂ ਮੌਜਾਂ ਰੱਬੀ ਜਵਾਨੀਆਂ ਪੀੜਾਂ ਮੁੱਢ ਕਦੀਮ ਦੀਆਂ ਤੇ ਹੋਰ ਕੀ ਕਰੋ ਬੈਂਤ ਬਣਾਓ ਭਾਵ ਕਵਿਤਾ ਲਿਖੋ ਤੇ ਕਵਿਤਾ ਬੋਲੋ ਉੱਡਣ ਰੰਗ ਗੁਲਾਬ ਦੇ ਤੇ ਆਪਣੇ ਦਿਲ ਨੂੰ ਖੁਸ਼ ਕਰਨ ਦੇ ਲਈ ਗੁਲਾਬ ਦੇ ਰੰਗ ਉਡਾਓ ਦਿਲ ਦੀਆਂ ਮੌਜਾਂ ਰੱਬੀ ਜਵਾਨੀਆਂ ਪੀੜਾਂ ਮੁੱਢ ਕਦੀਮ ਦੀਆਂ ਤੇ ਪੰਜਾਬੀ ਨੌਜਵਾਨਾਂ ਨੂੰ ਜਵਾਨੀ ਕਿਹਨੇ ਬਖਸ਼ੀ ਹੈ ਉਸ ਰੱਬ ਨੇ ਖੁਦ ਬਖਸ਼ੀ ਹੈ ਤੇ ਇਹਨਾਂ ਦੇ ਦਿਲਾਂ ਦੇ ਵਿਚ ਪਿਆਰ ਦੀ ਪੀੜ ਵੀ ਮੁੱਢ ਕਦੀਮ ਤੋਂ ਹੀ ਚੱਲੀ ਆ ਰਹੀ ਹੈ ਹਾਂ ਐਵੇਂ ਜਦ ਦਿਲ ਅਗੇ ਤੇ ਪ੍ਰੋਫੈਸਰ ਪੂਰਨ ਸਿੰਘ ਸਾਡੇ ਪੰਜਾਬੀ ਨੌਜਵਾਨਾਂ ਨੂੰ ਕੀ ਕਹਿੰਦੇ ਹੈ ਕਿ ਜੇਕਰ ਕਿਤੇ ਐਵੇਂ ਦਿਲ ਅੱਕ ਜਾਵੇ ਉੱਠ ਡਾਂਗਾਂ ਵਰਸਾਓ ਵਾਂਗ ਆਂਦੀਆਂ ਤਾਂ ਕੀ ਕਰੋ ਡਾਂਗਾਂ ਚੱਕੋ ਤੇ ਉਹਨਾਂ ਨੂੰ ਹਵਾ ਦੇ ਵਿਚ ਵਰਸਾਣਾ ਸ਼ੁਰੂ ਕਰ ਦੋ ਇਹ ਤੁਸਾਂ ਦੇ ਦੌਲਿਆਂ ਨੂੰ ਵਰਜਿਸ਼ ਜ਼ਰੂਰ ਹੈ ਤੇ ਇਹਦੇ ਨਾਲ ਕੀ ਹੋਏਗਾ ਦੌਲਿਆਂ ਦੀ ਵਰਜਿਸ਼ ਹੋ ਜਾਏਗੀ ਖੁੱਲੇ ਖੇਤ ਤੇ ਹਵਾਵਾਂ ਵਾਟਾਂ ਲੰਮੀਆਂ ਤੇ ਸੈਰ ਪੈਰ ਵਾਹਣ ਤੁਰਨਾ ਸ਼ਾਮ ਵੇਲੇ ਘਰ ਆਵਣਾ 50 ਕੋ ਮਾਰ ਕੇ ਤੇ ਪੰਜਾਬੀ ਖੁੱਲੇ ਖੇਤਾਂ ਤੇ ਹਵਾਵਾਂ ਦਾ ਆਨੰਦ ਲੈਂਦੇ ਹੈ ਤੇ ਲੰਬੀਆਂ ਵਾਟਾਂ ਤੇ ਸੈਰ ਕਰਨ ਦੇ ਲਈ ਜਾਂਦੇ ਹੈ ਪੈਰ ਵਾਹਣਿਆਂ ਤੁਰਨਾ ਤੇ ਉਹ ਵਾਹੇ ਹੋਏ ਖੇਤਾਂ ਦੇ ਵਿਚ ਲੰਬੇ ਲੰਬੇ ਪੈਂਡੇ ਤੈਅ ਕਰਦੇ ਹੈ ਸ਼ਾਮ ਵੇਲੇ ਘਰ ਆਵਣਾ 50 ਕੋ ਮਾਰ ਕੇ ਤੇ ਸ਼ਾਮ ਵੇਲੇ ਉਹ 50 ਕੋ ਮਾਰ ਕੇ ਘਰ ਦੇ ਵਿਚ ਵੜਦੇ ਹੈ ਵਾਹ ਸ਼ੇਰ ਜਵਾਨੀ ਕੰਮ ਕੁਝ ਨਾ ਤੇ ਜੇਕਰ ਇਹਨਾਂ ਨੂੰ ਕੋਈ ਪੁੱਛ ਲਵੇ ਤਾਂ ਇਹ ਕੀ ਕਹਿੰਦੇ ਹੈ ਕਿ ਅਸੀਂ ਤਾਂ ਕੁਛ ਵੀ ਨਹੀਂ ਕੀਤਾ ਪੈਂਡਾ ਮਾਰਨਾ ਜਰਾ ਲੱਤਾਂ ਹਿਲਾਉਣ ਨੂੰ ਅਸੀਂ ਤਾਂ ਬਸ ਥੋੜਾ ਲੱਤਾਂ ਹਿਲਾ ਕੇ ਆਏ ਹਾਂ ਹੋਰ ਤਾਂ ਕੁਛ ਵੀ ਨਹੀਂ ਕੀਤਾ ਇਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਨੌਜਵਾਨਾਂ ਦੀ ਜਵਾਨੀ ਨੂੰ ਸ਼ੇਰ ਜਵਾਨੀ ਕਹਿ ਕੇ ਸੰਬੋਧਿਤ ਕਰਦਾ ਹੈ ਤੇ ਇਸ ਕਵਿਤਾ ਤੋਂ ਸਾਨੂੰ ਪੰਜਾਬੀ ਨੌਜਵਾਨਾਂ ਦੇ ਸੁਭਾਅ ਦੇ ਗੁਣਾਂ ਦਾ ਪਤਾ ਲੱਗਦਾ ਹੈ।